ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 'ਤੇ। ਤਾਂ ਦੋਸਤੋ, ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੰਤ ਨਗਰ ਜ਼ਿਲ੍ਹਾ ਸਿਰਸਾ ਵਿਖੇ ਅੱਜ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ, ਜਿੱਥੇ ਕਿ ਅੱਜ ਬੈਸਟਾਂ ਨੂੰ 4 ਟਰੈਕਟਰ ਦਿੱਤੇ ਜਾਣਗੇ। ਤਾਂ ਦੋਸਤੋ, ਇੱਥੇ ਜਿਹੜੀਆਂ ਹੁਣ ਤੱਕ ਆਪਾਂ ਨੂੰ ਟੀਮਾਂ ਬਾਰੇ ਪਤਾ ਲੱਗਿਆ, ਸੋ ਉਹ ਆਪਾਂ ਤੁਹਾਨੂੰ ਦੱਸਾਂਗੇ। ਅਤੇ ਬਾਕੀ ਬਾਈ ਜੀ, ਫਾਈਨਲ ਪਤਾ ਪਲੇਅਰਾਂ ਦਾ ਗਰਾਊਂਡ ਦੇ ਵਿੱਚ ਪਹੁੰਚਣ 'ਤੇ ਹੀ ਲੱਗਦਾ ਹੈ। ਸੋ ਜਿਹੜੀ ਆਪਾਂ ਨੂੰ ਟੀਮਾਂ ਪਤਾ ਲੱਗਿਆ, ਸੋ ਉਹਨਾਂ ਬਾਰੇ ਆਪਾਂ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਬਾਈ ਜੀ, ਅੱਜ ਟੀਮ ਪਹੁੰਚੇਗੀ ਬਾਹੂ ਅਕਬਰਪੁਰ ਦੀ, ਜਿਸ ਦੇ ਵਿੱਚ ਖੇਡਣਗੇ ਗੁਰਦਿੱਤ ਕਿਸ਼ਨਗੜ੍ਹ, ਦੀਪ ਦਬੁਰਜੀ, ਅੰਬਾਸੁਰ ਸਿੰਘ, ਸੀਲੂ ਅਤੇ ਮਨੀਸ਼ ਹੋਰੀ। ਉਸ ਤੋਂ ਅੱਗੇ ਟੀਮ ਖੇਡੇਗੀ ਕਲਸੀਆਂ ਦੀ, ਇੰਦਰਜੀਤ ਕਲਸੀਆਂ, ਰਵੀ ਕਲਸੀਆਂ, ਬੁਲਟ ਖੀਰਾਂਵਾਲ, ਸਾਜੀ ਸ਼ਕਰਪੁਰ ਅਤੇ ਫਰਿਆਦ ਸ਼ਕਰਪੁਰ ਹੋਰੀ। ਉਸ ਤੋਂ ਅੱਗੇ ਟੀਮ ਪਹੁੰਚੇਗੀ ਘਾਂਗੇ ਦੀ, ਜਿਸ ਦੇ ਵਿੱਚ ਗੁਰਵਿੰਦਰ ਘਾਂਗੇਵਾਲਾ, ਰਾਜੂ ਭਾਊ, ਦੁੱਲਾ ਬੱਗਾ ਪਿੰਡ, ਸਨੀ ਕਾਲਾ ਸੰਘਿਆ ਅਤੇ ਮਨ ਸਿੰਘ ਦਿੜਬਾ ਹੋਰੀ ਖੇਡਣਗੇ। ਉਸ ਤੋਂ ਅੱਗੇ ਟੀਮ ਆਵੇਗੀ ਬੋਪਰ ਦੀ, ਜਿਸ ਦੇ ਵਿੱਚ ਬੀਕਾ ਛੱਤਰ, ਗਗਨ ਸੂਰੇਵਾਲਾ, ਬੂਟਾ ਅਣਦਾਣਾ, ਸ਼ਿਆਰਾ ਬੋਪਰ, ਰਕੇਸ਼ ਅਤੇ ਪ੍ਰਵੀਨ ਹੋਰੀ। ਇਸ ਤੋਂ ਅੱਗੇ ਟੀਮ ਆਵੇਗੀ ਜਲਵੇੜੇ ਦੀ, ਜਿਸ ਦੇ ਵਿੱਚ ਬੂਰੀਆ ਸੀਸਰ, ਖੁਸ਼ੀ ਦੁੱਗਾਂਵਾਲਾ, ਜੋਧਾ ਸੁਰਖਪੁਰ ਅਤੇ ਕੁਲਵਿੰਦਰ ਜਲਵੇੜਾ ਹੋਰੀ ਖੇਡਣਗੇ। ਉਸ ਤੋਂ ਅੱਗੇ ਦੋਸਤੋ, ਟੀਮ ਖੇਡੇਗੀ ਦਿੜਬਾ ਦੀ, ਜਿਸ ਦੇ ਵਿੱਚ ਸੱਤੀ ਹੋਰੀ ਖੇਡਣਗੇ, ਧਿਆਨੇ ਹੋਰੀ, ਜੱਸੇ ਹੋਰੀ, ਬੂਟਾ ਅਣਦਾਣਾ, ਬੰਨੀ ਸਮਾਣਾ ਅਤੇ ਰਕੇਸ਼ ਬੋਪਰ ਹੋਰੀ। ਇਸ ਤੋਂ ਅੱਗੇ ਟੀਮ ਖੇਡੇਗੀ ਭਿੰਡਰ ਦੀ, ਜਿਸ ਦੇ ਵਿੱਚ ਸ਼ਰਨਾ ਡੱਗੋਰਮਾਣਾ, ਕਰਨ ਦਿਆਲਪੁਰਾ, ਭੀਮ ਸੁਰ ਸਿੰਘ, ਪਿਸਟਲ ਅਤੇ ਬੱਬੂ ਭਿੰਡਰ ਹੋਰੀ। ਤਾਂ ਦੋਸਤੋ, ਇਹ ਕੁਝ ਟੀਮਾਂ ਬਾਰੇ ਆਪਾਂ ਨੂੰ ਪਤਾ ਲੱਗਿਆ ਸੀ। ਅਤੇ ਬਾਕੀ ਬਹੁਤ ਸਾਰੇ ਦੋਸਤ ਜੱਗੂ ਬਾਰੇ ਬਹੁਤ ਪੁੱਛਦੇ ਨੇ, ਅਤੇ ਬਾਈ ਜੀ, ਜੱਗੂ ਬਾਰੇ ਅਜੇ ਕੁਝ ਪਤਾ ਨਹੀਂ ਲੱਗਿਆ, ਅਤੇ ਜਦੋਂ ਹੀ ਆਪਾਂ ਨੂੰ ਪਤਾ ਲੱਗੂ ਆਪਾਂ ਉਹਦੇ ਹੀ ਕਮੈਂਟਾਂ ਦੇ ਵਿੱਚ ਦੱਸ ਦਾਂਗੇ, ਅਜੇ ਤੱਕ ਜਾਣਕਾਰੀ ਨਹੀਂ ਮਿਲੀ। ਤਾਂ ਇਹ ਸੀ ਬਾਈ ਅੱਜ ਸੰਤ ਨਗਰ ਵਿਖੇ ਹੋਣ ਵਾਲੇ ਕਬੱਡੀ ਕੱਪ ਦੇ ਲਈ ਕੁਝ ਟੀਮਾਂ ਬਾਰੇ ਜਾਣਕਾਰੀ। ਜੇਕਰ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਅਤੇ ਇਸ ਤੋਂ ਇਲਾਵਾ ਹੋਰ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਬਾਕੀ ਬਾਈ, ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।